ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਮੇਰੇ ਦੁੱਖਾਂ ਤੋਂ ਮੁਕਤ ਕਰੋ ਰੱਬ ਨੇ ਕਿਹਾ ਮੈਂ ਕਿਸੇ ਦੇ ਦੁੱਖ ਨਹੀਂ ਲੈਂਦਾ ਤੁਸੀਂ ਦੁੱਖ त्याਗਣੇ ਹਨ ਮੈਂ ਰੱਬ ਨੂੰ ਕਿਹਾ ਮੇਰੇ ਅਪੰਗ ਬੱਚੇ ਨੂੰ ਤੰਦਰੁਸਤ ਤੇ ਨਿਰਵਾ ਬਣਾਓ ਰੱਬ ਨੇ ਕਿਹਾ ਉਹਦੀ ਆਤਮਾ ਤੰਦਰੁਸਤ ਹੈ ਪੂਰੀ ਤੇ ਨਿਰੋਈ ਹੈ ਸਰੀਰ ਆਰਜੀ ਹੈ ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਸਹਿਨਸ਼ੀਲ ਬਣਾਓ ਪਰਮਾਤਮਾ ਨੇ ਕਿਹਾ ਸਹਿਨਸ਼ੀਲ ਹਮੇਸ਼ਾ ਮੁਸੀਬਤਾਂ ਮੁਸ਼ਕਲਾਂ ਤੇ ਸੰਕਟਾਂ ਵਿੱਚੋਂ ਲੰਘ ਕੇ ਬਣਿਆ ਜਾਂਦਾ ਹੈ ਸਹਿਨਸ਼ੀਲਤਾ ਮਿਲਦੀ ਨਹੀਂ ਕਮਾਉਣੀ ਪੈਂਦੀ ਹੈ ਮੈਂ ਰੱਬ ਨੂੰ ਕਿਹਾ ਮੈਨੂੰ ਪਰਸੰਨਤਾ ਦਿਓ ਰੱਬ ਨੇ ਕਿਹਾ ਮੈਂ ਪਰਸੰਨ ਹੋਣ ਲਈ ਸਭ ਕੁਝ ਦਿੱਤਾ ਹੋਇਆ ਹੈ ਪਰਸੰਨ ਹੋਣਾ ਤੁਹਾਡੀ ਮਰਜ਼ੀ ਹੈ ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਦਰਦਾਂ ਤੋਂ ਮੁਕਤ ਕਰੋ ਪਰਮਾਤਮਾ ਨੇ ਕਿਹਾ ਦਰਦ ਇਨਸਾਨੀਅਤ ਜਗਾਉਂਦੇ ਹਨ ਤੇ ਸੰਸਾਰ ਦੀਆਂ ਖਿੱਚਾਂ ਤੋਂ ਮੁਕਤ ਰਕਤੇ ਹਨ ਇਹਨਾਂ ਦਰਦਾਂ ਰਾਹੀਂ insan ਮੇਰੇ ਨੇੜੇ ਤੇ ਮੈਂ insan ਦੇ ਨੇੜੇ ਆਉਂਦਾ ਹਾਂ ਮੈਂ ਕਿਹਾ ਵਾਹਿਗੁਰੂ ਮੇਰੀ ਆਤਮਾ ਨੂੰ ਪਰਫੁੱਲਤ ਕਰੋ ਵਾਹਿਗੁਰੂ ਨੇ ਕਿਹਾ ਪਰਫੁੱਲਤ ਆਪ ਹੋਵੋ ਮੈਂ ਛੰਗਦਾ ਰਹਾਂਗਾ ਭਰਪੂਰ ਫਸਲ ਤੁਸੀਂ ਬਣਨਾ ਹੈ ਮੈਂ ਜ਼ਿੰਦਗੀ ਮੰਨਣ ਲਈ ਜਦੋਂ ਚੀਜ਼ਾਂ ਵਸਤਾ ਮੰਗੀਆਂ ਤਾਂ ਪਰਮਾਤਮਾ ਨੇ ਕਿਹਾ ਮੈਂ ਜ਼ਿੰਦਗੀ ਦਿੰਦਾ ਹਾਂ ਮੰਨਣ ਵਾਲੀਆਂ ਚੀਜ਼ਾਂ ਵਸਤਾਂ ਨਾਲ ਸੰਸਾਰ ਪਹਿਲਾਂ ਹੀ ਭਰਿਆ ਪਿਆ ਹੈ ਜ਼ਿੰਦਗੀ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਮੈਂ ਬਾਈਕਰੂ ਨੂੰ ਕਿਹਾ ਮੈਨੂੰ ਸ਼ਕਤੀ ਦਿਓ ਕਿ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਨਾ ਮੈਂ ਹੋਰਾਂ ਨੂੰ ਕਰ ਸਕਾਂ ਇਹ ਸੁਣ ਕੇ ਪਰਮਾਤਮਾ ਨੇ ਮੈਨੂੰ ਆਪਣੇ ਕੰਧਾੜੇ ਚੁੱਕ ਲਿਆ ਧੰਨਵਾਦ